ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ। ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਹੈ ਸਾਡੀ ਕੁੰਡਲੀਨੀ ਦਾ ਸੱਤਵਾਂ ਚੱਕਰ ਸਹਸਰਾ ਚੱਕਰ ਦੇ ਨਾਲ ਜੁੜਿਆ ਹੋਇਆ। ਜੋ ਸਹਸਰਾ ਚੱਕਰ ਹੈ ਇਹ ਸਾਡੀ ਕੁੰਡਲੀਨੀ ਦਾ ਸਭ ਤੋਂ ਕੀਲਾ ਚੱਕਰ ਹੈ, ਜੋ ਸਭ ਤੋਂ ਮੇਨ ਚੱਕਰ ਹੈ, ਜੋ ਜਿਸ ਨੂੰ ਅਸੀਂ ਬ੍ਰਹਮ ਦਾ ਚੱਕਰ ਵੀ ਕਹਿੰਦੇ ਹਾਂ, ਜਿਸ ਨੂੰ ਨਿੱਜ ਘਰ ਦਾ ਚੱਕਰ ਵੀ ਕਹਿੰਦੇ ਹਾਂ, ਜਿਸ ਨੂੰ ਅਸੀਂ ਦਸਮ ਦਾ ਚੱਕਰ ਵੀ ਕਹਿੰਦੇ ਹਾਂ, ਜਾਂ ਜਿਸ ਨੂੰ ਅਸੀਂ ਦਸਮ ਦੁਆਰ ਵੀ ਕਹਿੰਦੇ ਹਾਂ। ਅਸੀਂ ਇਸ ਤੋਂ ਪਹਿਲਾਂ 6 ਚੱਕਰਾਂ ਦੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਜੀ। ਹੁਣ ਅੱਜ ਦਾ ਜੋ ਸਾਡਾ ਵਿਸ਼ਾ ਹੈ ਇਹ ਸਹਸਰਾ ਚੱਕਰ ਦੇ ਨਾਲ ਜਾਂ ਦਸਮ ਦੁਆਰ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ। ਸੋ ਦੋਸਤੋ, ਜਿਹੜਾ ਸਹਸਰਾ ਚੱਕਰ ਹੈ ਇਹ ਦਸਮ ਦਾ ਚੱਕਰ ਬੋਲਿਆ ਜਾਂਦਾ ਹੈ, ਇਹ ਸਾਡੇ ਮਨ ਦੀ ਚੌਥੀ ਅਵਸਥਾ ਵੀ ਕਹੀ ਜਾਂਦੀ ਹੈ, ਜਿਸ ਨੂੰ ਬ੍ਰਹਿਮੰਡੀ ਮਨ ਕਹਿੰਦੇ ਹਨ। ਜਦੋਂ ਅਸੀਂ ਬ੍ਰਹਿਮੰਡੀ ਮਨ ਦੇ ਵਿੱਚ ਪ੍ਰਵੇਸ਼ ਕਰਦੇ ਹਾਂ, ਆਪਣੇ ਮਨ ਦੀ ਚੌਥੀ ਅਵਸਥਾ ਦੇ ਵਿੱਚ ਪ੍ਰਵੇਸ਼ ਕਰਦੇ ਹਾਂ, ਤਾਂ ਅਸੀਂ ਸਹਸਰਾ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ, ਅਸੀਂ ਬ੍ਰਹਮ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ, ਅਸੀਂ ਦਸਮ ਦੁਆਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ। ਜਦੋਂ ਅਸੀਂ ਆਪਣੇ 6 ਦੇ 6 ਚੱਕਰਾਂ ਨੂੰ ਭੇਜਦੇ ਹਾਂ, ਇਹਨਾਂ ਤੋਂ ਉੱਪਰ ਉੱਠਦੇ ਹਾਂ, ਆਪਣੀ ਵਾਸਨਾ ਨੂੰ ਆਪਣੇ ਵਾਸ ਵਿੱਚ ਕਰਕੇ ਉੱਪਰ ਨੂੰ ਉੱਠਦੇ ਹਾਂ, ਸਾਡਾ ਊਰਜਾ ਜਦੋਂ ਹੇਠਾਂ ਤੋਂ ਉੱਪਰ ਵੱਲ ਉੱਠਦੀ ਹੈ ਅਤੇ ਸਾਡੇ ਦਿਮਾਗ ਦੇ ਵਿੱਚ ਸਾਡੇ ਮਨ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਤਾਂ ਸਾਡੇ ਮਨ ਦੀਆਂ ਸ਼ਕਤੀਆਂ ਐਕਟਿਵ ਹੋ ਜਾਂਦੀਆਂ ਹਨ, ਜੋ ਸਾਨੂੰ ਬ੍ਰਹਿਮੰਡ ਦੇ ਵਿੱਚ ਲੈ ਜਾਂਦੀਆਂ ਹਨ, ਬ੍ਰਹਮ ਦੇ ਵਿੱਚ ਲੈ ਜਾਂਦੀਆਂ ਹਨ। ਸੋ ਉਦੋਂ ਸਾਡੇ ਨਾਲ ਅਲੱਗ ਅਲੱਗ ਘਟਨਾਵਾਂ ਘਟਦੀਆਂ ਹਨ, ਸਾਡੇ ਅਲੱਗ ਅਲੱਗ ਅਨੁਭਵ ਹੁੰਦੇ ਹਨ। ਜੋ ਇਹ ਚੱਕਰ ਹੈ ਇਸ ਦੇ ਬਹੁਤ ਸਾਰੇ ਰੰਗ ਦੱਸੇ ਜਾਂਦੇ ਹਨ, ਮੋਸਟ ਦੇ ਇਸ ਦਾ ਰੰਗ ਬੈਂਗਣੀ ਦੱਸਿਆ ਗਿਆ ਹੈ, ਪਰ ਇਸ ਦੀਆਂ ਅਨੇਕ ਪੱਤੀਆਂ ਦੱਸੀਆਂ ਗਈਆਂ ਹਨ, ਅਤੇ ਇਸ ਦਾ ਜੋ ਤੱਤ ਹੈ ਉਹ ਆਕਾਸ਼ ਦੱਸਿਆ ਗਿਆ ਹੈ, ਔਰ ਇਸ ਦੀ ਜੋ ਮੰਤਰ ਧੁਨੀ ਹੈ, ਜੋ ਮੂਲ ਮੰਤਰ ਹੈ ਉਹ ਓਮ ਦੱਸਿਆ ਗਿਆ ਹੈ। ਇਹ ਜੋ ਅਖੀਰਲੇ 3 ਚੱਕਰਾਂ ਹਨ ਇਹਨਾਂ ਦਾ ਮੂਲ ਮੰਤਰ ਓਮ ਹੀ ਦੱਸਿਆ ਗਿਆ ਹੈ, ਕਿਉਂਕਿ ਓਮ ਦੀ ਜੋ ਫ੍ਰੀਕੁਐਂਸੀ ਹੈ ਹੁਣ ਤੱਕ ਦੇ ਸਭ ਤੋਂ ਸਾਰੇ ਮੰਤਰਾਂ ਤੋਂ ਸਭ ਤੋਂ ਹਾਈ ਲੈਵਲ ਜੋ ਫ੍ਰੀਕੁਐਂਸੀ ਓਮ ਦੀ ਹੈ। ਜੇ ਅਸੀਂ ਅਲੱਗ ਅਲੱਗ ਮੰਤਰਾਂ ਦਾ ਜਾਪ ਨਹੀਂ ਕਰ ਸਕਦੇ, ਅਸੀਂ ਸਿਰਫ ਜੇ ਓਮ ਦਾ ਜਾਪ ਕਰਦੇ ਹਾਂ ਤਾਂ ਅਸੀਂ ਉਸ ਘਰ ਨੂੰ ਪ੍ਰਾਪਤ ਕਰ ਲਵਾਂਗੇ। ਵੈਸੇ ਸਾਡੇ ਜੋ ਅਧਿਆਤਮਿਕ ਗ੍ਰੰਥ ਹਨ, ਧਾਰਮਿਕ ਗ੍ਰੰਥ ਹਨ, ਉਹ ਕਹਿੰਦੇ ਹਨ ਜ਼ਰੂਰੀ ਨਹੀਂ ਤੁਸੀਂ ਕਿਸੇ ਮੰਤਰ ਦਾ ਜਾਪ ਕਰਕੇ ਅੱਗੇ ਵਧਣਾ, ਤੁਸੀਂ ਆਪਣੇ ਸਵਾਸਾਂ ਦੇ ਨਾਲ ਵੀ ਆਪਣੇ ਇਸ ਸਫ਼ਰ ਨੂੰ ਤੈਅ ਕਰ ਸਕਦੇ ਹੋ, ਨਿੱਜ ਘਰ ਵਿੱਚ ਦਸਮ ਦੁਆਰ ਵਿੱਚ ਜਾਂ ਸਹਸਰਾ ਚੱਕਰ ਵਿੱਚ ਪ੍ਰਵੇਸ਼ ਕਰ ਜਾ ਸਕਦੇ ਹੋ। ਜਿਸ ਦਾ ਵੀ ਸਹਸਰਾ ਚੱਕਰ ਐਕਟਿਵ ਹੋਵੇਗਾ ਉਹ ਬ੍ਰਹਿਮੰਡ ਦੇ ਵਿੱਚ ਪ੍ਰਵੇਸ਼ ਕਰੇਗਾ, ਅਤੇ ਬ੍ਰਹਿਮੰਡ ਦੀ ਸ਼ਕਤੀਆਂ ਤੋਂ ਉਹ ਜਾਣੂ ਹੋਵੇਗਾ, ਉਸ ਦੇ ਅੰਦਰ ਦੇ ਜੋ ਵਿਕਾਰ ਆ ਉਹ ਮਰ ਜਾਣਗੇ। ਉਸ ਲਈ ਧਰਮ ਜਾਂ ਫਿਰ ਜਾਤ ਪਾਤ ਦਾ ਕੋਈ ਮਤਲਬ ਨਹੀਂ ਹੋਵੇਗਾ, ਇੱਕ ਮਨੁੱਖ ਨੂੰ ਇੱਕ ਪਰਮਾਤਮਾ ਨੂੰ ਵੀ ਜਾਣੇਗਾ। ਸੋ ਜੋ ਇਹ ਸਹਸਰਾ ਚੱਕਰ ਹੈ, ਸਹਸਰਾ ਚੱਕਰ ਦੀ ਅਵਸਥਾ ਬਹੁਤ ਉੱਚੀ ਮੰਨੀ ਜਾਂਦੀ ਹੈ, ਜਦੋਂ ਪੂਰੇ ਸਰੀਰ ਦੀ ਐਨਰਜੀ ਇਕੱਠੀ ਹੋ ਕੇ, ਸਾਡੀ ਜੋ ਵੀ ਕਾਮ ਐਨਰਜੀ ਜਾਂ ਸਾਡੇ ਸਰੀਰ ਦੀ ਜਿੰਨੀ ਵੀ ਐਨਰਜੀ ਇਕੱਠੀ ਹੋ ਕੇ, ਸਾਡੇ 6 ਚੱਕਰਾਂ ਦੀ ਐਨਰਜੀ ਇਕੱਠੀ ਹੋ ਕੇ ਜਦੋਂ ਆਗਿਆ ਚੱਕਰ ਤੋਂ ਉੱਪਰ ਉੱਠਦੀ ਹੈ, ਸਿਰ ਤੋਂ ਤਾਲਵੀ ਦੇ ਉੱਪਰ ਦੀ ਉੱਠਦੀ ਹੈ, ਤਾਂ ਇਹ ਇਸ ਜਗ੍ਹਾ 'ਤੇ ਜਾ ਕੇ ਚੋਟ ਕਰਦੀ ਹੈ, ਤਾਂ ਉਦੋਂ ਅਸੀਂ ਸਹਸਰਾ ਚੱਕਰ ਨੂੰ ਐਕਟਿਵ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ, ਅਤੇ ਸਾਡੇ ਅੰਦਰ ਦੇ ਮਨ ਦੇ ਵਿਕਾਰ ਮਰ ਜਾਂਦੇ ਹਨ, ਅਸੀਂ ਬਿਲਕੁਲ ਸ਼ਾਂਤ ਹੋ ਜਾਂਦੇ ਹਾਂ। ਸਾਡੇ ਲਈ ਚੰਗਾ ਮਾੜਾ ਅੰਤ ਸ਼ੁਰੂ ਖਤਮ ਹੋ ਜਾਂਦਾ ਹੈ, ਜਾਤ ਪਾਤ ਰੰਗ ਰੂਪ ਜਾਂ ਜੀਵਨ ਮਰਨ ਇਹ ਖਤਮ ਹੋ ਜਾਂਦਾ ਉਸ ਮਨੁੱਖ ਦੇ ਲਈ ਜਿਸਦਾ ਸਹਸਰਾ ਚੱਕਰ ਐਕਟਿਵ ਹੋ ਜਾਂਦਾ ਹੈ। ਉਸ ਦੇ ਲਈ ਕਰਮ ਕਾਂਡ ਬਿਲਕੁਲ ਖਤਮ ਹੋ ਜਾਂਦੇ ਹਨ, ਮਨੁੱਖ ਦੀ ਮਨੁੱਖ ਦੇ ਨਾਲ ਪਿਆਰ ਨਫ਼ਰਤ ਸਭ ਕੁਝ ਖਤਮ ਹੋ ਜਾਂਦਾ ਹੈ, ਉਹ ਮਨੁੱਖ ਇਸ ਸੰਸਾਰ ਤੋਂ ਬਿਲਕੁਲ ਵੱਖ ਹੋ ਜਾਂਦਾ ਹੈ, ਅਤੇ ਆਪਣੇ ਉਸ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ, ਪਰਮਾਤਮਾ ਦੇ ਸਨਮੁੱਖ ਹੋ ਜਾਂਦਾ ਹੈ, ਆਪਣੇ ਅੰਦਰ ਦੀ ਊਰਜਾ ਨੂੰ ਉਹ ਇੱਕ ਜਗ੍ਹਾ 'ਤੇ ਇਕੱਠੀ ਕਰਕੇ ਇੱਕ ਸ਼ਾਂਤ ਸਰੂਪ ਦੇ ਵਿੱਚ ਬਰਾ ਜਾਂਦਾ ਹੈ, ਐਸਾ ਮਨੁੱਖ ਪਰਮਾਤਮਾ ਸਰੂਪ ਹੋ ਜਾਂਦਾ ਹੈ। ਸੋ ਜਿਸਦਾ ਵੀ ਸਹਸਰਾ ਚੱਕਰ ਐਕਟਿਵ ਹੋਇਆ ਹੈ ਅਤੇ ਜਿਸਨੇ ਸਹਸਰਾ ਨੂੰ ਪ੍ਰਾਪਤ ਕੀਤਾ ਹੈ, ਉਸਦੇ ਅਨੁਭਵ ਅਲੱਗ ਹਨ, ਹਰੇਕ ਇਨਸਾਨ ਦੇ ਅਲੱਗ ਹਨ। ਜਿਨ੍ਹਾਂ ਨੂੰ ਜਿਹੜੇ ਵੀ ਸੱਜਣ ਮਿੱਤਰ ਮੇਰੇ ਭਰਾ ਜੋ ਰੂਹਾਂ ਸਹਸਰਾ ਚੱਕਰ ਨੂੰ ਜਾਂ ਦਸਮ ਨੂੰ ਪ੍ਰਾਪਤ ਹੋਈਆਂ ਹਨ, ਉਹ ਗਲਤੀ ਕਦੇ ਵੀ ਨਾ ਕਰਨ ਕਿ ਉਹਨਾਂ ਨੂੰ ਕੀ ਦਿਸਿਆ,
ਉਹਨਾਂ ਨੇ ਕੀ ਪ੍ਰਾਪਤ ਕੀਤਾ, ਕਿਉਂਕਿ ਉਹ ਘਟਨਾਵਾਂ ਜੋ ਤੁਸੀਂ ਵੇਖੀਆਂ ਹੋਣਗੀਆਂ ਬ੍ਰਹਮ ਦੇ ਵਿੱਚ ਪ੍ਰਵੇਸ਼ ਕਰਕੇ, ਦਸਮ ਦੇ ਵਿੱਚ ਪ੍ਰਵੇਸ਼ ਕਰਕੇ, ਉਹਨਾਂ ਉੱਤੇ ਕੋਈ ਵੀ ਇਨਸਾਨ ਯਕੀਨ ਨਹੀਂ ਕਰ ਸਕੇਗਾ, ਕਿਉਂਕਿ ਆਮ ਨੋਰਮਲ ਮਨ, ਨੋਰਮਲ ਇਨਸਾਨ ਉਹ ਘਟਨਾਵਾਂ ਨੂੰ ਨਹੀਂ ਮੰਨਦੇ, ਨਾ ਉਹ ਮੰਨ ਸਕਦੇ ਹਨ, ਨਾ ਉਹ ਇੰਨੇ ਯੋਗ ਹੁੰਦੇ ਹਨ। ਕਦੇ ਵੀ ਦਸਮ ਵਿੱਚ ਵਾਪਰੀਆਂ ਘਟਨਾਵਾਂ ਨੂੰ ਸੰਸਾਰਿਕ ਪੱਧਰ 'ਤੇ ਲੋਕਾਂ ਸਾਹਮਣੇ ਨਾ ਰੱਖੋ, ਨਹੀਂ ਤਾਂ ਇਸ ਵਿੱਚ ਤੁਹਾਨੂੰ ਹੀ ਨੁਕਸਾਨ ਹੋਵੇਗਾ। ਤੁਸੀਂ ਆਪਣੇ ਇਸ਼ਟ ਨੂੰ, ਆਪਣੇ ਆਪ ਨੂੰ ਕਿਤੇ ਕਿਸੇ ਤਰੀਕੇ ਦੇ ਨਾਲ ਗੁੰਮਰਾਹ ਕਰ ਰਹੇ ਹੋਵੋਗੇ। ਸੋ ਕਦੇ ਵੀ ਆਪਣੇ ਦਸਮ ਦੀਆਂ ਸ਼ਕਤੀਆਂ, ਦਸਮ ਦੇ ਅਨੁਭਵਾਂ ਨੂੰ ਕਿਸੇ ਦੇ ਸਾਹਮਣੇ ਨਾ ਰੱਖੋ, ਤੁਸੀਂ ਮਜ਼ਾਕ ਦੇ ਪਾਤਰ ਬਣ ਜਾਵੋਗੇ। ਸੋ ਲੋਕਾਂ ਦੇ ਮਨ ਇੰਨੇ ਮਜ਼ਬੂਤ ਨਹੀਂ ਹਨ ਕਿ ਉਹ ਇਸ ਚੀਜ਼ ਨੂੰ ਸਮਝ ਸਕਣ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ, ਨਵੇਂ ਵੀਡੀਓ ਦੇ ਨਾਲ, ਸਾਡੇ ਨਾਲ ਬਣੇ ਰਹੋ। ਸੋ ਧੰਨਵਾਦ।